ਸਾਡਾ ਤਾਂ ਐਵੇਂ ਖੜਾ, ਉਹਨਾਂ ਨੇ ਇਸ ਗੱਲ ਦਾ ਸੁਰ ਕੋਈ ਨਾ ਨਾ ਉਸ ਬੂਟਾ ਬੋਲ ਲਾਇ ਦੇ। ਵਾਹ ਭਾਈ ਵਾਹ, ਬੂਟਾ ਪਟ ਨੇ ਮੈਂ ਸਿਗਰਟ ਨੁਕਸਾਨਦੇ ਹੈ, ਉਹ ਖੂਨ ਜਲਾਤਾ ਹੈ, ਤੋ ਹੁੱਕਾ ਜੋ ਹੈ ਯੇ ਅੱਛੀ ਚੀਜ਼ ਹੈ, ਜੇ ਖੂਨ ਬਣਾਤਾ ਹੈ ਤੋ ਆਪ ਵੀ ਕੋਸ਼ਿਸ਼ ਕਰੇ ਮੈਂ ਸਿਗਰਟ ਛੋੜੇ ਹੁੱਕੇ ਕੀ ਤਰ੍ਹਾਂ ਜੋ ਹੈ ਵੋ ਆਏ। ਇਹ ਜੀ ਇੱਕ ਸੈਸ਼ਨ ਕੰਪਲੀਟ ਹੋ ਗਿਆ, ਹੁਣ ਜ਼ਰਾ ਥੋੜ੍ਹੀ ਜਿਹੀ ਮਾਲਿਸ਼ ਮਸਾਜ ਗੋੜਾ ਥੋੜ੍ਹਾ ਫਰੈਸ਼ ਕਰਸਾਂ, ਫਿਰ ਮੁੜ ਫਸਾਂ। ਅਤੇ ਉਸਤਾਦ ਇਹਨਾਂ ਦਾ ਹੁੱਕਾ ਜਿਹੜਾ ਨਾ ਜੀ ਉਹ ਥੋੜ੍ਹਾ ਜਿਹਾ ਗੜਬੜੇ ਸ਼ੁਨੇ 'ਚ ਹੋਏ ਵਾ। ਨਿਆਰ ਮੂੰਹ ਉਸਤਾਦ ਜੀ ਹੁੱਕਾ ਤਾਜ਼ਾ ਬਖਦਾ। ਵਾਹ ਬਾਈ ਵਾਹ, ਮਿਨਰਲ ਵਾਟਰ ਪਾਇਆ ਕਰੋ ਨਾ। ਨਹੀਂ ਨਹੀਂ ਹਾਂ ਐਂ ਠੀਕ ਹਲਾ। ਵਾਹ ਬਾਈ ਵਾਹ, ਇਹ ਬੜਾ ਤਰਦੁਦ ਹੈ ਜੀ। ਇਹ ਜਨਾਬ ਹੁਣ ਪਹਿਲਾਂ ਲੱਕੜੀਆਂ ਬਾਲੀਆਂ, ਹੁਣ ਇਹਦੇ ਕੋਲੇ ਬਣਨੇ, ਫਿਰ ਜਨਾਬ ਹੈ ਤੰਬਾਕੂ। ਇਹ ਬਾਬਾ ਇਹ ਤੰਬਾਕੂ ਖੂਨ ਬਣਾਉਣ ਵਾਲਾ? ਅੱਛਾ, ਤਾਂ ਹੀ ਗੁੜ ਦੇ ਨਾਲ ਫਲੇਵਰ ਐਡ ਕੀਤਾ ਨੇ। ਵਾਹ ਬਾਬਾ ਵਾਹ, ਨੜੀ ਛੜੀ ਦੋ ਕੁਰ ਲੈ ਆਓ। ਇਹ ਬਾਬਾ ਜੀ ਇਸ ਵਿੱਚ ਗੁੜ ਕਿਉਂ ਗੱਤੇ ਨੇ? ਤੰਬਾਕੂ ਤਾਂ ਸਾਹ ਦਿੰਦਾ, ਹੈਂ ਗੁੜ ਨਾ ਹੋਵੇ ਤਾਂ ਮੁੜ ਸਾਹ ਨਹੀਂ ਦਿੰਦਾ। ਸਾਹ ਕਿੰਜੋ ਬਈ? ਸਾਹ ਚੰਗਾ ਨਹੀਂ ਦਿੰਦਾ। ਅੱਛਾ, ਹਾਂ ਸਵਾਦ ਨਹੀਂ ਦਿੰਦਾ, ਮਤਲਬ ਸਾਹ ਫਿਰ ਬੰਦੇ ਦਾ ਬਾਹਲ ਹੋਵੇ ਨਾ ਗੁੜ ਨਾਲ। ਹਾਂ ਇਹ ਪਲਮੋ ਨਾਲ ਜਿਸ ਫਿਰ ਜਿਹੜਾ ਉਹ ਸੀਰਪ ਕਿਉਂ ਦਿੰਦੇ ਨੇ ਪਲਮੋ ਨਾਲ ਦਾ ਖੱਗੂ ਵਾਲਾ? ਇਹ ਦੇ ਤਾਂ ਸਾਹ ਬਾਹਲ ਹੋਵੇ ਜੁਣ ਦਮੇ ਨੇ ਮਰੀਜ਼ਾਂ ਵਾਸਤੇ ਫਿਰ ਬੜੀ ਸ਼ਹਿ ਹੈ। ਹਾਂ ਇਹ ਮਰੀਜ਼ ਵਾਸਤੇ ਬੜੀ ਸ਼ਹਿ। ਹਾਂ ਹਾਂ ਬੜੀ ਦਵਾਈ ਕੱਢੀ ਨਹੀਂ ਹੋਣ ਦਿੰਦਾ, ਹੈਂ ਇੱਕ ਦਿਨ ਨਹੀਂ ਹੋਣ ਦਿੰਦਾ। ਮਾਰ ਜਣੇ ਤੇ ਬੱਬਾ ਕਬੂਸ ਕੁਸ਼ਾ ਹੈ ਤਾਂ ਤਮਾਕੂ ਜਾਂ ਗੋੜੋ? ਤਮਾਕੂ ਤੇ ਗੋੜ ਹੁੱਕਾ ਬੰਦਾ ਖਿੱਚ ਤੱਲਾ ਬਹਿ ਵੰਜੋ ਨਾ। ਹੁਣ ਮੋਬਾਈਲ 'ਚ ਤੁਸੀਂ ਆਉਂਦੇ ਕੋਈ ਨਾ ਹੋਵੇ। ਏ ਐਲਾ ਭਾਇ ਰਿਆ। ਵਾਹ ਬਾਈ ਵਾਹ, ਇਹ ਹੁੱਕੇ ਦੀ ਕੀ ਹਿਸਟਰੀ ਹੈ? ਹੁੱਕੇ ਦੀ ਲੁਕਮਾਨ ਹਕੀਮ ਆਖਿਆ ਵੀ ਮਰੀਜ਼ ਨੂੰ ਵੀ ਦੋ ਘੁੱਟ ਬੜੇ ਕਰ ਜਿਹੜੀ ਕਬਜ਼ੀ ਹੁੰਦੀ ਉੱਥੇ ਬੰਦੇ ਦੇ ਪੇਟੇ ਪਾਈ ਗਿਆ। ਹਾਂ ਹਾਂ ਮੁੜ ਕਬਜ਼ੀ ਖਤਮ ਹੋ ਗਈ। ਅੱਛਾ, ਮਤਲਬ ਹੁੱਕਾ ਹਕੀਮ ਲੁਕਮਾਨ ਕਿਸੇ ਬੰਦੇ ਹੈ ਸਜੈਸਟ ਕੀਤਾ ਹੈ ਘੁੱਟ ਭਰ ਲੈ ਕਾ? ਅੱਛਾ, ਬਕੇ ਦੀ ਕਦੀ ਘੁੱਟ ਭਰ ਲੈ ਕਾ ਜਿਹੜੀ ਕਬਾਜ਼ ਹੁੰਦੀ ਹੈ ਨਾ ਉਸ? ਹਾਂ ਇਹ ਕਬਾਜ਼ ਨੂੰ ਚੰਗਾ ਨਹੀਂ ਤੇ ਫਿਰ ਅੱਗੂ ਡਾਕਟਰਾਂ ਨੂੰ ਕਿਉਂ ਨਾ ਦੱਸਿਆ? ਡਾਕਟਰਾਂ ਨੇ ਸੁਣ ਦੱਸਿਆ, ਡਾਕਟਰਾਂ ਦੀ ਆਪਣੀ ਮਰਜ਼ੀ, ਡਾਕਟਰਾਂ ਦਾ ਟੀਕੇ ਖੋਪਣੇ। ਹੁਣ ਡਾਕਟਰਾਂ ਦਾ ਸਾਹ ਤਾਂ ਵੱਡੇ ਵੱਡੇ ਜਿਹੜੇ ਬੰਦੇ ਉਹਨਾਂ ਦੇ ਸੋਫਿਆਂ ਨਾਲ ਤੇ ਉਹਨਾਂ ਦੇ ਬੈੱਡਾਂ ਨਾਲ ਹੋ ਕੇ ਐਡਜਸਟ ਹੋਏ ਉਹਨਾਂ। ਮੈਂ ਦੱਸਣਾ ਮੈਂ ਦੱਸਣਾ ਹਾਂ ਖੂਹ ਹੁੰਦੇ ਆਣ ਅੱਗੇ। ਅੱਛਾ, ਬੂਟਾ ਵਿੱਚ ਆ ਲੱਗੋ ਹੋਇਆ ਖੂਹ ਦੇ ਪਾਸੇ ਨਾਲ ਰੱਬੀ ਜੰਮੇ ਹੋਇਆ ਆਏ ਦਾ ਹਰੀੜ ਦਾ। ਅੱਛਾ ਹਰੀੜ ਦਾ ਸ਼ਨਕਸ ਗਿਆ, ਸੋਕਾ ਦਿੱਤਾ ਕਿਸੇ ਨੂੰ, ਕੋਈ ਪੀੜ ਕੋਈ ਤਰੋਪ ਕੋਈ ਖੱਗ। ਹਾਂ ਉਹਨਾਂ ਕਿਹਾ ਜੀ ਕਿਸੇ ਨੂੰ ਕਾਜ ਨਹੀਂ ਇੱਥੇ। ਠੀਕ ਪਾਣੀ ਵਿੱਚ ਡੇ ਉਹ ਜਿਹੜੇ ਪਾਣੀ ਵਿੱਚ ਡੇ ਉਸ ਆਏ ਜਿਹੜਾ ਇਹਨਾਂ ਨੂੰ ਬਿਮਾਰ ਨਹੀਂ ਆਉਣ ਦਿੰਦਾ। ਉਸ ਆਖਿਆ ਯਾਰ ਬੂਟਾ ਵੇਚਣਾ ਹੀ ਨਹੀਂ ਖੂਹ ਦੇ ਵਿੱਚ ਜਿਹੜਾ ਖੜਾ।
ਵਿਚਾਲੇ ਜਿਹੜੇ ਖੂਹ ਦੇ ਉਹ ਸਾਰੀ ਨਾਲ ਨਾਲ ਲੱਗੇ ਆਉਂਦਾ। ਉਸਨੇ ਕਿਹਾ ਯਾਰ ਬੂਟਾ ਵੇਚਣਾ ਹੀ ਨੇ, ਉਹਨਾਂ ਕਿਹਾ ਬਾਬਾ ਵੇਚ ਲਿਸ਼ਾ, ਸਾਡਾ ਤਾਂ ਐਵੇਂ ਖੜਾ। ਹਾਂ ਉਹਨਾਂ ਨੇ ਇਸ ਗੱਲ ਦਾ ਸੁਰ ਕੋਈ ਨਹੀਂ ਨਾ, ਉਸ ਬੂਟਾ ਬੋਲ ਲਾਇ ਦੇ। ਵਾਹ ਭਾਈ ਵਾਹ, ਬੂਟਾ ਪੱਟ ਕੇ ਘਰ ਵਗ ਗਿਆ ਬੂਟਾ ਸੱਟ ਕਰਦੇ। ਸਾਲ ਤੇ ਪਿੱਛੇ ਆਇਆ, ਉਸ ਹੋਕਾ ਦਿੱਤਾ ਵੀ ਮੈਂ ਸ਼ਨਾਖਸੀ ਆ, ਕਿਸੇ ਨੂੰ ਪੀੜ ਕੋਈ ਤਰੋਪ, ਉਹਨਾਂ ਕਿਹਾ ਸਾਰੇ ਹਾਲ ਹਾਲ ਗੱਤੀ ਜੋੜ ਜੋੜ ਦੁੱਖ ਦੇਣ, ਪੇਟ ਇੱਧਰ ਉਦੋਂ ਦਾ ਗੈਸ ਬਣੀ ਖੱਲੀ ਹੈ ਬਾਬਿਆ। ਇਹ ਆਏ ਗੱਲ ਅੱਛਾ, ਸਾਵੀ ਰੀੜ ਜਿਹੜੀ ਹੈ ਨਾ, ਜਿਹੜਾ ਬੰਦਾ ਬਿਮਾਰ ਹੋਵੇ ਪਹਿਲਾ ਰੀੜਾ ਵਾਲਾ ਬੂਟਾ ਵੀ ਨਾਲ ਹੋਵੇ ਤੇ ਉਹ ਧੋਖਾ ਵੀ ਹੋਵੇ, ਫੇਰ ਤਾਂ ਮੈਨੂੰ ਲੱਗਦਾ ਬਿਮਾਰੀ ਇਸ ਤਰ੍ਹਾਂ ਆਉਣੀ ਕੋ ਨੀ ਇੱਥੇ। ਇਹਨਾਂ ਮਸਲਾ ਇਹ ਬੜੀ ਸ਼ਾ ਉੱਕਾ ਤਾਂ ਮੈਂ ਆਦਾ ਤੇ ਬਾਬਿਆ, ਐਵੇਂ ਤੈਨੂੰ ਮੈਂ ਝੂਠ ਮਾਰਾਂ, ਹੱਥੀ ਫਾਦਲਾ ਮੇਰੇ ਕੋਲ ਅੱਗੇ ਕੀ ਲਗਾ, ਇੱਕ ਵੱਡਾ ਫਰਸ਼ੀ ਹੋਇਆ, ਇੱਕ ਜਨਾਬ ਦੂ ਹੋਇਆ ਜਿਹੜਾ ਗੱਡੀ ਦੇ ਵਿੱਚ ਰੱਖਣਾ, ਉਹਨੂੰ ਪਾਇਪ ਲੱਗੋ ਹੋਇਆ ਵਿੱਚ ਗੱਡੀ ਦੇ ਰੱਖ ਲਿਆ ਤੇ ਆਪਦਾ ਛਿਕਲਾ ਵਸਿਆ। ਤਾਂ ਇਹ ਕਿਤਨੀ ਦੇਰ ਘੱਟ ਜਾਂਦਾ ਇਹ ਹੁਣ ਜਿਹੜੀ ਅੱਗ ਬਲਦੀ ਪਈ ਹੈ, ਸ਼ਾਮ ਤੇ ਇਹ ਨਹੀਂ ਜਾਂਦਾ ਹਾਲਾ, ਹਾਂ ਬਾਵੇਂ ਸ਼ਾਮ ਥੋੜੀ ਮਰਦਾ ਸ਼ਰਦਾ ਨਹੀਂ, ਬਾਵੇਂ ਦਾ ਬੰਦੇ ਛਿੱਕਾਂ ਨਾਲੇ ਹੋਣਾ ਨਹੀਂ ਜਾਂਦਾ, ਸਿਗਟਾਂ ਨਾਲੋਂ ਤਾਂ ਕੰਮ ਚੰਗਾ ਨਹੀਂ, ਕੀ ਜਾਈ ਚੰਗਾ ਜਿਹੜੀ ਸਿਗਰਟ ਉਹ ਅੱਗੂ ਕਪੜਾ ਰੱਖੀ, ਹਾਂ ਛਿੱਕੀ ਇੱਕ ਸਿਗਰਟ ਮੁਕਾ ਚਿੱਟਾ ਕਪੜੋ ਸੀ ਤੇ ਉਹਨੂੰ ਡਾਂਗ ਵੇਖੀ ਕਿਤਨਾ ਬਣ ਜਾ, ਉਹ ਆ ਦਿਨ ਖੂਨ ਸਾੜਦਾ, ਉਹ ਖੂਨ ਸਾੜਦਾ, ਹਾਂ ਇਹ ਉਕਤ ਖੂਨ ਬਣਾਉਂਦਾ, ਇਹਦੇ ਪਾਣੀ ਦੇ ਵਿੱਚੋਂ ਆਉਂਦੀ ਯਾਰ ਸ਼ਾਉਤਾ, ਹਾਂ ਪਾਣੀ ਦੇ ਵਿੱਚੋਂ ਤਾਂ ਆਉਂਦੀ, ਇਹ ਪਾਣੀ ਨਾਲ ਇਹਦਾ ਫਿਲਟਰ ਹੋਵੇ ਨਾ ਦੂਆ ਫਿਲਟਰ। ਅੱਛਾ ਇਹ ਬਣਦੇ ਕਿੱਥੇ ਕਿੱਥੇ ਨੇ ਬਾਬਾ ਉਕਾ? ਇਹ ਹਵੇਲੀ ਲੱਖਾ, ਹਵੇਲੀ ਲੱਖੇ, ਉਹਨੇ ਤੋਂ ਲਾਲੀਆਂ ਤੋਂ ਵੀ ਆ ਦਿਨ ਚੰਗੇ, ਲਾਪਮ ਦਿਨ ਲਾਪਮ ਦਿਨ ਉੱਥੇ ਉੱਕੇ ਵੀ ਚੰਗੇ। ਅੱਛਾ ਹਵੇਲੀ ਲੱਖੇ ਦੇ ਚੰਗੇ, ਉੱਥੋਂ ਦੀ ਸਕਾਫਤ ਹੋਣੀ ਆ ਜ਼ਮੀਨਦਾਰਾਂ ਦੀ। ਤਾਂ ਇਹ ਮੈਂ ਗੱਲ ਦੱਸੋ ਬਈ ਇਹ ਜਿਹੜੀ ਤੱਲਾ ਇਸ ਤੇ ਆਉਂਦਾ ਆ, ਇਹ ਅਵੇਜਾ ਕਹਿਣ ਸੱਦੇ ਨੇ ਸ਼ੁਗੋਲ ਹੀ ਜਿਹੜਾ ਇਹ ਆਈ ਆ, ਇਹ ਜਿਹੜਾ ਪਿਆ ਇਹਨੂੰ ਅਵੇਜਾ ਸੱਦੇ ਨੇ, ਇਹਦੇ ਵਿੱਚ ਇਹ ਆ ਫੁੱਲ, ਹਾਂ ਆ ਫੁੱਲ ਆ, ਹਾਂ ਹਾਂ। ਤਾਂ ਇਹ ਜਿਹੜਾ ਉਹ ਸੌਦਾ ਜਿਹਾ ਸਿਸਟਮ ਉਹ ਰਾਣ ਹੈ, ਇੱਕ ਮਿੰਟ ਮੈਂ ਚਾਹ ਕ ਲੈ ਆਵਾਂ, ਉਹ ਦੱਸੋ ਨਾ ਮਨੇ ਦੀ ਤੱਲਾ ਕੀ ਹੈ ਰੁੱਤਾ ਕੀ ਹੈ। ਤਾਂ ਮੇਨ ਮਕਸਦ ਕਿਉਂਕਿ ਸਾਡੇ ਜ਼ਮੀਨਦਾਰ ਜਿਹੜਾ ਰੱਖਦੇ ਆ, ਲੇਕਿਨ ਬੰਦਿਆਂ ਨੂੰ ਪਤਾ ਕੋਈ ਨਹੀਂ, ਬਸ ਇਹਨਾਂ ਖੇਡ ਬੜਾਈ ਵੀ ਹੈ ਕਈਆਂ। ਤੰਬਾਕੂ ਵਿੱਚ ਹੋਇਆ ਦੇ ਖੱਗਣ ਲੱਗ ਪਵਾ, ਫਲ ਤਾਂ ਪਾਣੀ ਕੋਈ ਨੀ ਕੱਢਿਆ, ਅੱਗਾ ਫੂਕ ਮਾਰਨੀ ਆ ਪਿੱਛਾ ਦਾਰ, ਪਿਸ਼ਾਬ ਭੱਲੇ ਮਾਰਨੀ ਫੂਕ, ਇਹ ਤਾਂ ਪਾਣੀ ਸਾਰਾ ਉੱਥੇ ਵਿਛੜਦਾ, ਤਾਂ ਕਿ ਉੱਥੋਂ ਹੀ ਨਾ ਆਵਾਂ ਜਾਂ ਨਾ ਸਹੀ ਨਾ ਡਾਇਰੈਕਟ ਹੋਵਾਂ ਜੀ ਉਹਨੂੰ, ਪਾਣੀ ਘਟਿਆ ਨੇ, ਇਹ ਪਾਣੀ ਹੈ ਜੀ ਕੋਣੀ ਹੈ ਜੀ, ਤਾਂ ਬਿਲਕੁਲ ਬੁੱਟ ਹੋਏ ਵਾ। ਅੱਛਾ ਇਹ ਮਤਲਬ ਪਿੱਤਲ ਦਾ ਤਲਾ ਸਾਰਾ ਬਣਿਆ, ਹਾਂ ਇਹ ਤਾਂ ਪਾਣੀ ਵੀ ਕੱਢਦਾ, ਵਾਹ ਬਾਈ ਵਾਹ, ਹੁਣ ਬੁੜਕਦਾ ਪਿਆ ਕੋਈ ਨਾ, ਕੀ ਬਾਤ ਹੈ, ਹੁਣ ਤਾਂ ਬੁੜਕਦਾ ਜੀਓ ਜੀਓ, ਓ ਛੱਲੇ ਤੋਂ ਵੱਧਾ ਨੇ ਨਾ ਥਾਂ।
ਬਰਫ ਦੀਆਂ ਤਰ੍ਹਾਂ ਚਾਰ ਟਿੱਕੀਆਂ ਮੰਗਾ ਲੈਣਾ, ਠੰਡਾ ਜੇ ਕਰਨਾ ਚਾਹੀਦਾ। ਅੱਛਾ ਠਾਰਨਾ ਨਹੀਂ, ਉਹ ਪਾਣੀ ਤਾਜ਼ਾ ਪਾਣੀ। ਠੀਕ ਹੋ ਗਿਆ, ਠੀਕ ਹੋ। ਵਾਹ, ਇਹ ਕਿਤਨੇ ਅਰਸ ਹੋ ਗਏ ਨੇ ਔਖਾ ਰੱਖੇ? ਇਹਨੂੰ ਤੇ ਰੱਖੇ ਨੂੰ ਮੈਨੂੰ ਹੁੰਦੇ ਪੈਣ 5-6 ਸਾਲ। ਵਾਹ, ਤਾਂ ਇਹ ਖਰਾਬ ਸ਼ਰਾਬ ਨਹੀਂ ਹੁੰਦੇ? ਕੋਈ ਕੁਰਕਿਆ ਹੀ ਚੰਗੀ ਸੌਗਾਤ ਨਹੀਂ ਹੈ, ਜ਼ਰੂਰ ਛਿਕਣਾ। ਹੁਣ ਕਿਤਨੀ ਦੇਰ ਅੱਗ ਬਲੀ ਦਾ ਸੀ? ਇਹ ਤਾਂ ਪੂਰੀ ਡਿੱਗ ਦੀਆਂ ਲੱਕੜੀਆਂ ਨਾ ਬਾਲੀਆਂ ਨੇ ਫਿਰ ਚਾਹ ਵੈਸਨ। ਲੱਕੜੀ ਕਿਹੜੀ ਇਸ ਵਾਸਤੇ ਚੰਗੀ ਹੁੰਦੀ ਹੈ ਕੋਲੇ ਵਾਸਤੇ ਜਿਹੜੀ ਸਾਰੀ? ਹਾਂ, ਤੁਹਾਡੇ ਵਾਲੇ ਪਹਿਲਾਂ ਕਿੱਕਰ ਮੈਂ ਨਹੀਂ ਡਿੱਠਾ, ਸਾਰਿਆਂ ਮੈਂ ਹੋਕਿਆ ਚ ਬਾਲ ਛੋੜੇ। ਅੱਛਾ, ਇਹ ਸਰਗੋਧੇ ਵਾਲੀ ਸਾਈਡ ਤੇ ਸੋਕਾਂ ਬਾਲਦੇ ਨੇ ਮਾਲਟੇ ਦੀਆਂ? ਉਹ ਵੀ ਕਸਰੀਆਂ, ਮਾਲਟੇ ਦੀ ਵੀ ਕਸਰੀ, ਮਤਲਬ ਉਹ ਵਿੱਚ ਕੋਲਾ ਪਾਉਣਾ ਜਿਹੜਾ 12-14 ਘੰਟੇ ਕੱਢੇ ਕੱਢਾ। ਵਾਹ ਬਾਈ ਵਾਹ, ਇਹ ਜਿਹੜਾ ਤੰਬਾਕੂ ਹੈ ਇਹ ਇੱਕ ਤਾਂ ਬੰਦੇ ਆਪ ਆਪਣਾ ਲੈਂਦੇ ਵੀ ਹੈ, ਇਹ ਹੋਵੇ ਤਾਂ ਇਹ ਫਿਰ ਅੱਗੋਂ ਵੱਟ ਕੇ ਤਾਂ ਫਿਰ ਵੱਟ ਕੇ ਅਗਾ ਵੀ ਚੇਂਦੇ ਨੇ ਮੋ ਅਸਾਂ ਉਹਨਾਂ ਦੇ ਕੋਲ ਲੈ ਲਿਆ। ਇਹ ਹੁਣ ਜਿਤਨਾ ਤੁਸੀਂ ਤੰਬਾਕੂ ਇਸੇ ਜਗ੍ਹਾ ਤੇ ਆ, ਮੈਨੂੰ ਤਾਂ ਲੱਗਦਾ 4 ਸਿਗਰਟਾਂ ਡੱਬੀਆਂ ਖੁੱਲਾਂ ਅਸਾਂ ਤੇ ਇਹ ਇੱਕ ਬਣਾ ਜਿਹੜਾ ਤੁਸੀਂ ਹੁਣ ਸਾਰੀ ਜੜ ਛਿਕਣਾ। ਪਰ ਇਹ ਹੈ ਬਈ ਇਹ ਓਕਾ ਪਾਣੀ ਵਿੱਚ ਫਿਲਟਰ ਹੋ ਗਿਆ ਦੂ ਮਾਨੇ ਸਿਗਰਟਾਂ ਦਾ ਨੁਕਸਾਨ ਹੈ। ਹਾਂ, ਵਾਹ ਬਾਈ ਵਾਹ, ਚਲੋ ਜੀ, ਅੱਲਾ ਪਾਕ ਦੀ ਦਾਤ ਸੇ ਜ਼ਿੰਦਗੀ ਕਰੋ। ਯੇ ਜੀ ਉਸਤਾਦ ਅਲਦਿੱਤਾ ਸਾਹਿਬ ਸੇ, ਉਨਸੇ ਪਤਾ ਕੀ ਹੈ ਹੁੱਕੇ ਕੇ ਬਾਰੇ ਮੈਂ ਬਤਾ ਰਿਹਾ ਮੈਂ, ਸਿਗਰਟ ਨੁਕਸਾਨਦੇਹ ਹੈ, ਵੋ ਖੂਨ ਜਲਾਤਾ ਹੈ, ਤੋ ਹੁੱਕਾ ਜੋ ਹੈ ਯੇ ਅੱਛੀ ਚੀਜ਼ ਹੈ, ਜੇ ਖੂਨ ਬਣਾਤਾ ਹੈ ਤੋ ਆਪ ਵੀ ਕੋਸ਼ਿਸ਼ ਕਰੇ ਮੈਂ ਸਿਗਰਟ ਛੋੜੇ ਹੁੱਕੇ ਕੀ ਤਰ੍ਹਾਂ ਜੋ ਹੈ ਵੋ ਆਏ। ਚਲੋ ਜੀ, ਹੁਣ ਤੁਸੀਂ ਫੈਸਲਾ ਕਰਨਾ, ਤੁਸੀਂ ਆਪਣੀ ਜ਼ਿੰਦਗੀ ਬਚਾਉਣੀ ਹੈ ਜਾਂ ਵੰਜਾਣੀ? ਸਿਗਰਟ ਨਾ ਪੀਵੇ, ਜੇ ਬਚਾਉਣੀ ਹੈ ਤਾਂ ਸਿਗਰਟ ਨਹੀਂ ਪੀਣੇ, ਓਕੇ ਤਾਂ ਆ ਜਾਓ, ਜੇ ਆਦਤ ਬੁਲਾਉਣੀ ਹੈ ਉਂਝ ਤਾਂ ਬੈੜੀਆਂ ਦੋਵੇਂ ਛਾਈਆਂ, ਦੋਵੇਂ ਬੈੜੀਆਂ, ਲੇਕਿਨ ਇਹ ਹੈ ਬਾ ਅਗਰ ਤੁਸੀਂ ਫਿਰ ਵੀ ਐਡਿਕਸ਼ਨ ਤੁਹਾਨੂੰ ਸਿਗਰਟ ਦੀ ਹੈ, ਸਿਗਰਟ ਨੋਸ਼ੀ ਦੀ, ਤਾਂ ਸਿਗਰਟ ਲਾ ਦਿਨ ਬੰਦਾ ਛੋੜ ਲੈਂਦਾ, ਨੋਸ਼ੀ ਨਹੀਂ ਛੋੜ ਸਕਦਾ। ਉਸਤਾਦ ਰਹਿੰਦੀ ਅਸਲ ਵਿੱਚ ਹੁਣ ਅੱਗ ਫਿਲਹਾਲ ਜਿਹੜੀ ਇਹਨੇ ਮੱਠੀ ਹੋਈ ਵੀ ਹੈ, ਅਤੇ ਇਹ ਹੁਣ ਕਦੋਂ ਬਖਸੀ ਓਕਾ ਤਾਂ ਸਾਡੀ ਤਾਂ ਜਿੰਦ ਛੁੱਟ ਸੀ।